ਗੁੱਡ ਮਾਰਨਿੰਗ ਸਟੂਡੈਂਟਸ ਅੱਜ 더 ਪੰਜਾਬੀ ਦੀ ਕਲਾਸ ਲੱਗਣ ਜਾ ਰਹੀ ਹੈ ਇਸ ਤੋਂ ਪਹਿਲਾਂ ਅਸੀਂ ਪੰਜਾਬੀ ਦੀ ਕਲਾਸ ਵਿੱਚ ਮੁਕਤਾ ਕਰਨ ਦਾ ਅਭਿਆਸ ਕੰਨੇ ਦੀ ਮਾਤਰਾ ਤੇ ਸਿਆਰੀ ਦੀ ਮਾਤਰਾ ਕਰ ਚੁੱਕੇ ਹਾਂ ਅੱਜ ਅਸੀਂ ਬਿਹਾਰੀ ਦੀ ਮਾਤਰਾ ਕਰਾਂਗੇ ਬਿਹਾਰੀ ਦੀ ਮਾਤਰਾ ਬੇਟਾ ਜਿਵੇਂ ਹਿੰਦੀ ਵਿੱਚ ਬੜੀ ਦੀ ਮਾਤਰਾ ਹੁੰਦੀ ਹੈ ਸੇਮ ਉਹੀ ਸਾਊਂਡ ਹੁੰਦੀ ਹੈ ਠੀਕ ਹੈ ਸਾਊਂਡ ਸੇਮ ਹੁੰਦੀ ਹੈ ਉਸ ਤੇ ਅੱਖਰਾਂ ਨਾਲ ਈ ਦੀ ਆਵਾਜ਼ ਲਗਾ ਕੇ ਪੜੋ ਅਸੀਂ ਕਿਸੇ ਵੀ ਅੱਖਰ ਨੂੰ ਜਦੋਂ ਵਿਹਾਰੀ ਲਗਾਵਾਂਗੇ ਤਾਂ ਉਹਦੀ ਜਿਹੜੀ ਆਵਾਜ਼ ਹੈ ਈ ਉ ਕਰਕੇ ਨਿਕਲੇਗੀ ਜਿਵੇਂ ਈੜੀ ਨੂੰ ਵਿਹਾਰੀ ਈ ਸਸੇ ਨੂੰ ਵਿਹਾਰੀ ਸੀ ਹਾਏ ਨੂੰ ਵਿਹਾਰੀ ਹੀ ਕੱਕੇ ਨੂੰ ਵਿਹਾਰੀ ਕੀ ਖਖੇ ਨੂੰ ਵਿਹਾਰੀ ਖੀ ਗੱਗੇ ਨੂੰ ਵਿਹਾਰੀ ਗੀ ਕੱਗੇ ਨੂੰ ਵਿਹਾਰੀ ਕੀ ਚੱਚੇ ਨੂੰ ਵਿਹਾਰੀ ਚੀ ਛੱਛੇ ਨੂੰ ਵਿਹਾਰੀ ਛੀ ਜੱਜੇ ਨੂੰ ਵਿਹਾਰੀ ਜੀ ਛੱਜੇ ਨੂੰ ਵਿਹਾਰੀ ਚੀ

ਰਣ ਵਿਆਰੀ ਰੀ ਲੱਲੇ ਨੂੰ ਵਿਆਰੀ ਲੀ ਵਾਵੇ ਨੂੰ ਵਿਆਰੀ ਵੀ ਰਾੜੇ ਨੂੰ ਵਿਆਰੀ ੜੀ ਹੁਣ ਬੇਟਾ ਸੀ ਵਿਆਰੀ ਲਗਾ ਕੇ ਸ਼ਬਦ ਬਣਾਵਾਂਗੇ ਤੇ ਤੁਹਾਨੂੰ ਜਿਵੇਂ ਮੈਂ ਇੱਥੇ ਸਾਊਂਡ ਕੱਢ ਕੇ ਦਿਖਾਈ ਹੈ ਉਸੇ ਤਰ੍ਹਾਂ ਸੀ ਵਿਆਰੀ ਵਾਲੀ ਸਾਊਂਡ ਦੇ ਨਾਲ-ਨਾਲ ਸ਼ਬਦ ਬਣਾਵਾਂਗੇ ਜਿਵੇਂ ਕਿ ਸੀ ਟੀ ਕ ਮੀ ਜ ਸ ਪ ਜੀ ਸਬਤੀ ਅਲਮਾਰੀ ਠੀਕ ਹੈ ਖੀਰ ਵੀਰ ਹੀਰ ਨੀਲ ਮੀਤ ਜੀਤ ਪੀਤਾ ਟੀਰਾ ਜੀਨਾ ਇਸ ਨੂੰ ਪੀਤਾ ਪੀਤਾ ਨਹੀਂ ਬੋਲਣਾ ਪੀਤਾ ਪੀਤਾ ਠੀਕ ਹੈ ਅਗਰ ਸਿਆਰੀ ਹੁੰਦੀ ਤਾਂ ਅਸੀਂ ਬੋਲਦੇ ਪੀਤਾ ਟੀਰਾ ਜੀਨਾ ਟੀਕਾ ਕੀੜੀ ਢੀੜੀ ਚਾਬੀ ਸੀਟੀ ਲੀਟੀ ਪਨੀਰ ਅਮੀਰ ਫਕੀਰ ਕਰੀਬ ਗਰੀਬ ਤੱਤਸ ਸੱਤਸ ਬਵਨ ਵਿਹਾਰੀ ਵੀਰ ਅਰਵੀਰ ਪੁਰਾ ਕੀ ਬਨ ਗਿਆ ਤਸਵੀਰ ਹਾ ਹਲ ਲਲ ਹਲ ਬਵਨ ਕੰਨਵਾ ਈੜੀ ਨੂੰ ਵਿਹਾਰੀ ਈ

ਬੇਟਾ ਤੁਸੀਂ ਇਸ ਪੇਜ ਦੀ ਚੰਗੀ ਤਰ੍ਹਾਂ ਰੀਡਿੰਗ ਕਰਨੀ ਹੈ ਤੇ ਵਿਆਹਾਰੀ ਵਾਲੇ ਸ਼ਬਦ ਜੋ ਆਪਣੀ ਨੋਟਬੁੱਕ ਤੇ ਵੀ ਤੁਹਾਨੂੰ ਸੁੰਦਰ-ਸੁੰਦਰ ਰਾਈਟਿੰਗ ਦੇ ਵਿੱਚ ਰਾਈਟ ਕਰਨੇ ਨੇ ਤੇ ਨੋਟਬੁੱਕ ਦੇ ਉੱਪਰ ਤੁਹਾਨੂੰ ਡੇਟ ਔਰ ਡੇ ਜਰੂਰ ਰਾਈਟ ਕਰਨਾ ਹੈ ਠੀਕ ਹੈ ਔਰ ਤੁਹਾਡੀ ਰਾਈਟਿੰਗ ਜਿਹੜੀ ਹੈ ਬਿਲਕੁਲ ਸੁੰਦਰ ਹੋਣੀ ਚਾਹੀਦੀ ਹੈ ਮੈਂ ਪਹਿਲਾਂ ਮਨੇ ਜੋ ਤੁਹਾਡੇ ਬੈਗ ਚੈਕਿੰਗ ਕੀਤੀ ਹੈ ਬੈਗ ਤੁਹਾਡੇ ਸਕੂਲ ਚ ਮੰਗਵਾਏ ਸੀ ਤਾਂ ਤੁਹਾਡੇ ਬਹੁਤ ਸਾਰੇ ਬੱਚਿਆਂ ਦਾ ਵਰਕ ਸੀ ਉਹ ਬਿਲਕੁਲ ਵਧੀਆ ਨਹੀਂ ਕੀਤਾ ਹੋਇਆ ਸੀ ਤੇ ਹੁਣ ਮੈਨੂੰ ਕੋਈ ਕੰਪਲੇਂਟ ਨਹੀਂ ਹੋਣੀ ਚਾਹੀਦੀ ਤੁਹਾਡੀ ਰਾਈਟਿੰਗ ਦੇ ਨਾਲ ਤੁਡੀ ਰਾਈਟਿੰਗ ਬਿਲਕੁਲ ਪ੍ਰੋਪਰ ਸੁੰਦਰਤਾ ਨਾਲ ਕੀਤੀ ਹੋਣੀ ਚਾਹੀਦੀ ਹੈ ਨਾ ਨੋਟਬੁੱਕ ਵੀ ਬਹੁਤ ਅੱਛੀ ਬਣਾਨੀ ਨੇ ਤੁੰਨੇ ਓਕੇ ਥੈਂਕ ਯੂ ਹੈਵ ਅ ਨਾਈਸ ਡੇ